ਪੰਨੀਤ ਕੌਰ ਨੂੰ ਮਿਲੀ ਬੁਲੇਟ ਪ੍ਰੂਫ ਗੱਡੀ ਵਰਤਣ ਦੀ ਇਜਾਜ਼ਤ ਭਾਰਤੀ ਚੋਣ ਕਮਿਸ਼ਨ ਵੱਲੋਂ ਇੱਕ ਪੱਤਰ ਜਾਰੀ ਕਰਕੇ ਲੋਕ ਸਭਾ ਚੋਣਾਂ 2019 ਦੌਰਾਨ ਸਾਬਕਾ ਕੇਂਦਰੀ ਮੰਤਰੀ ਪੰਨੀਤ ਕੌਰ ਨੂੰ ਬੁਲੇਟ ਪ੍ਰੂਫ ਗੱਡੀ ਵਰਤਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਪੰਜਾਬ ਡਾਕਟਰ ਐਸ ਕਰੋਨਾ ਰਾਜੂ ਨੇ ਦੱਸਿਆ ਕਿ ਉਕਤ ਇਜਾਜ਼ਤ ਆਦਰਸ਼ ਚੋਣ ਜ਼ਾਬਤੇ ਦੇ ਨੁਕਤਾ ਨੰਬਰ 5 ਪੈਰਾ 10.5.1 ਅਨੁਸਾਰ ਦਿੱਤੀ ਗਈ ਹੈ ਇਸ ਨੁਕਤੇ ਅਨੁਸਾਰ ਜੇਕਰ ਕਿਸੇ ਵਿਅਕਤੀ ਦੀ ਸੁਰੱਖਿਆ ਸੰਬੰਧੀ ਸੁਰੱਖਿਆ ਏਜੰਸੀਆਂ ਮਹਿਸੂਸ ਕਰ ਦਿਆ ਹਨ ਕਿ ਸਬੰਧਤ ਵਿਅਕਤੀ ਨੂੰ ਬੁਲੇਟ ਪ੍ਰ ਉਸ ਵਿਅਕਤੀ ਨੂੰ ਸਰਕਾਰ ਵੱਲੋਂ ਇੱਕ ਬੁਲੇਟ ਪ੍ਰੂਫ ਗੱਡੀ ਮੁਹੱਈਆ ਕਰਵਾਈ ਜਾਵੇਗੀ ਜਿਸ ਦੇ ਖਰਚਿਆਂ ਦੀ ਅਦਾਇਗੀ ਸੰਬੰਧਿਤ ਵਿਅਕਤੀ ਨੂੰ ਕਰਨੀ ਹੋਵੇਗੀ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਅਜਿਹੇ ਵਾਹਨ ਵਿੱਚ ਹੋਰ ਕੋਈ ਰਾਜਨੀਤਿਕ ਆਗੂ ਵਰਕਰ ਸਫ਼ਰ ਨਹੀਂ ਕਰ ਸਕਦਾ ਉਸ ਗੱਡੀ ਵਿੱਚ ਸਿਰਫ ਉਹਨਾਂ ਦਾ ਨਿੱਜੀ ਮੈਡੀਕਲ ਅਟੈਂਡੈਂਟ ਹੀ ਸਫ਼ਰ ਕਰ ਸਕਦਾ